ਫਿਰੋਜ਼ਾਬਾਦ ਤੋਂ ਇੱਕ ਬੇਹੱਦ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਹਾਡੇ ਲੂ ਕੰਢੇ ਖੜੇ ਹੋ ਜਾਣਗੇ। ਇੱਕ ਮਾਸੂਮ ਬੱਚਾ ਜਿਸ ਦਾ ਕੋਈ ਕਸੂਰ ਨਹੀਂ ਉਸਨੂੰ ਬਿਨਾਂ ਕਸੂਰੋਂ ਐਡੀ ਵੱਡੀ ਸਜ਼ਾ ਇੱਕ ਦਰਿੰਦੇ ਨੇ ਦਿੱਤੀ ਹੈ। ਜੀ ਹਾਂ, ਫਿਰੋਜ਼ਾਬਾਦ ਪਿਤਾ ਤੋਂ ਬੇਇੱਜ਼ਤੀ ਦਾ ਬਦਲਾ ਲੈਣ ਦੇ ਲਈ ਇੱਕ ਵਿਅਕਤੀ ਨੇ 6 ਸਾਲ ਦੇ ਬੱਚੇ ਨੂੰ ਅਗਵਾ ਕਰਕੇ ਉਸਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਲਾਸ਼ ਗਟਰ 'ਚ ਸੁੱਟਣ ਤੋਂ ਬਾਅਦ ਕਾਤਲ ਨੌਜਵਾਨ ਲਾਪਰਵਾਹੀ ਨਾਲ ਘੁੰਮਦਾ ਰਿਹਾ। ਲਾਸ਼ ਦੀ ਤਲਾਸ਼ੀ ਲੈਣ ਤੋਂ ਬਾਅਦ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਸਨੇ ਹੱਤਿਆ ਦੀ ਗੱਲ ਕਬੂਲ ਕਰ ਲਈ। ਮਾਮਲਾ ਰਾਮਗੜ੍ਹ ਥਾਣੇ ਖੇਤਰ ਦੇ ਕਸ਼ਮੀਰੀ ਗੇਟ ਦਾ ਹੈ। ਇੱਥੇ ਖੁਰਸ਼ੀਦ ਦੇ ਘਰ ਕਿਰਾਏ ਤੇ ਰਹਿਣ ਵਾਲੇ ਫੈਕਟਰੀ ਵਰਕਰ ਮੁਹੰਮਦ ਰਾਸ਼ੀਦ ਦਾ 6 ਸਾਲਾ ਪੁੱਤਰ ਬੀਤੀ ਰਾਤ ਤੋਂ ਘਰੋਂ ਲਾਪਤਾ ਹੋ ਗਿਆ ਸੀ। ਜੀ ਹਾਂ, ਉਸਦਾ ਪੁੱਤਰ ਠੀਕ ਤਰ੍ਹਾਂ ਬੋਲ ਵੀ ਨਹੀਂ ਸਕਦਾ ਸੀ। ਕਈ ਘੰਟੇ ਭਾਲ ਕਰਨ ਤੋਂ ਬਾਅਦ ਰਿਸ਼ਤੇਦਾਰਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਗੁਆਂਢੀ ਨੌਜਵਾਨਾਂ ਹਾਸ਼ਿਮ ਅਤੇ ਬਿਲਾਲ ਤੇ ਸ਼ੱਕ ਜਤਾਇਆ। ਪੁਲਿਸ ਨੇ ਹਾਸ਼ਿਮ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਤੇ ਉਸਨੇ ਬੀਤੇ ਦਿਨੀ ਦੱਸਿਆ ਕਿ 8:30 ਵਜੇ ਬੱਚੇ ਦੀ ਲਾਸ਼ ਨੂੰ ਜੋ ਹੈ ਉਹਨੇ ਟਿਕਾਣਾ ਲਾਇਆ ਸੀ ਅਤੇ ਲਾਸ਼ ਰਸ਼ੀਦ ਦੇ ਘਰ ਤੋਂ 200 ਮੀਟਰ ਦੂਰ ਕੋਟਲਾ ਨਿਵਾਸੀ ਸਲੀਮ ਦੇ ਨਿਰਮਾਣ ਅਧੀਨ ਘਰ ਦੇ ਗਟਰ 'ਚ ਪਾਈ ਮਿਲੀ। ਉਸਦੇ ਗਲੇ ਦੇ ਵਿੱਚ ਪਲਾਸਟਿਕ ਦੀ ਰੱਸੀ ਬੰਨੀ ਹੋਈ ਸੀ। ਐਸਪੀ ਸਿਟੀ ਸਰਵੇਸ਼ ਮਿਸ਼ਰਾ, ਸੀਓ ਸਿਟੀ ਕਮਲੇਸ਼ ਕੁਮਾਰ, ਡੌਗ ਸਕੁਐਡ ਅਤੇ ਫੋਰੈਂਸਿਕ ਟੀਮ ਨਾਲ ਉੱਥੇ ਪੁੱਜੇ। ਇਸ ਤੋਂ ਬਾਅਦ ਹਾਸ਼ਿਮ ਤੋਂ ਦੁਬਾਰਾ ਪੁੱਛਗਿੱਛ ਕੀਤੀ ਗਈ। ਸੀਓ ਸਿਟੀ ਨੇ ਦੱਸਿਆ ਕਿ ਰਸ਼ੀਦ ਨੇ ਕੁਝ ਦਿਨ ਪਹਿਲਾਂ ਝਗੜੇ ਕਾਰਨ ਉਸਦੀ ਕੁੱਟਮਾਰ ਕੀਤੀ ਸੀ, ਜਿਸ ਕਾਰਨ ਉਹ ਬਦਲਾ ਲੈਣ ਬਾਰੇ ਸੋਚ ਰਿਹਾ ਸੀ। ਹਾਸ਼ਿਮ ਦੁਪਹਿਰ ਨੂੰ ਐਨੀਮਲ ਫਿਲਮ ਵੀ ਦੇਖਣ ਗਿਆ ਸੀ। ਉੱਥੋਂ ਵਾਪਸ ਆ ਕੇ ਸ਼ਾਮ ਨੂੰ ਰਾਸ਼ਿਦ ਨਾਲ ਉਸਨੇ ਸ਼ਰਾਬ ਪੀਤੀ। ਉਹ ਸ਼ਰਾਬ ਪੀ ਕੇ ਘਰ ਪਰਤ ਰਿਹਾ ਸੀ ਤੇ ਰਸਤੇ ਵਿੱਚ ਉਸਦੀ ਮੁਲਾਕਾਤ ਉਸਦੇ ਕਿਰਾਏਦਾਰ ਦੇ ਪੁੱਤਰ ਦੇ ਨਾਲ ਹੋਈ। ਸਮਾਨ ਲੈਣ ਦੇ ਬਹਾਨੇ ਉਹ ਬੱਚੇ ਨੂੰ ਉਸਾਰੀ ਅਧੀਨ ਕਰ ਲੈ ਗਿਆ। ਉੱਥੇ ਉਸਨੇ ਉਸਦਾ ਪਲਾਸਟਿਕ ਦੀ ਰੱਸੀ ਨਾਲ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਲਾਸ਼ ਨੂੰ ਨਿਰਮਾਣ ਅਧੀਨ ਗਟਰ ਵਿੱਚ ਸੁੱਟ ਕੇ ਘਰ ਚਲਾ ਗਿਆ। ਸੀਓ ਸਿਟੀ ਨੇ ਦੱਸਿਆ ਕਿ ਹਾਸ਼ਿਮ ਅਤੇ ਬਿਲਾਲ ਖਿਲਾਫ ਸ਼ੱਕ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਗਿਆ ਸੀ। ਸੀਸੀਟੀਵੀ ਫੁਟੇਜ ਵਿੱਚ ਹਾਸ਼ਿਮ ਉਸ ਲੜਕੇ ਨੂੰ ਯਾਨੀ ਕਿ ਮਾਸੂਮ ਲੜਕੇ ਨੂੰ ਲਿਜਾ ਰਿਹਾ ਸੀ ਅਤੇ ਬਿਲਾਲ ਦੀ ਕੀ ਭੂਮਿਕਾ ਸੀ ਇਹਦੇ ਵਿੱਚ ਇਸ ਦੀ ਅਜੇ ਜਾਂਚ ਚੱਲ ਰਹੀ ਹੈ। ਉਧਰ ਹੀ ਗੱਲ ਕਰੀਏ ਤਾਂ ਇਹ ਪੁੱਤਰ 4 ਭੈਣ ਭਰਾਵਾਂ ਵਿੱਚ ਸਭ ਤੋਂ ਛੋਟਾ ਸੀ ਅਤੇ ਕੁਝ ਸਹੀ ਤਰ੍ਹਾਂ ਬੋਲ ਵੀ ਨਹੀਂ ਸਕਦਾ ਸੀ, ਜਿਸ ਨੂੰ ਬਿਨਾਂ ਕਸੂਰ ਤੋਂ ਐਡੀ ਵੱਡੀ ਸਜ਼ਾ ਮਿਲੀ ਹੈ। ਜੀ ਹਾਂ, ਉਸਦੀ ਪਲਾਸਟਿਕ ਦੀ ਰੱਸੀ ਦੇ ਨਾਲ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਪਰ ਇੱਥੇ ਦੱਸ ਦਈਏ ਕਿ ਦਰਿੰਦੇ ਗ੍ਰਿਫਤਾਰ ਵੀ ਕੀਤੇ ਜਾ ਚੁੱਕੇ ਨੇ, ਜਿਨ੍ਹਾਂ ਨੇ ਆਪਣਾ ਜੁਰਮ ਜੋ ਹੈ ਉਹ ਕਬੂਲ ਲਿਆ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।